ਅੱਛਾ ਅਰਵਿੰਦ ਕੇਜਰੀਵਾਲ ਹੋਣੀ ਸਾਹਿਬ ਉਹ ਅੱਜ ਕੱਲ ਭਗਤੀ ਮੋੜ ਚ ਨੇ ਤੇ ਆ ਭਗਤੀ ਮੋੜ ਅੱਜ ਖਤਮ ਹੋ ਗਿਆ ਇਹਨਾਂ ਦਾ ਹਾਂ ਤੋਂ ਕੀ ਕਹਿੰਦੇ ਹੁਣ ਵੀ ਪਹਿਲਾਂ ਆਟੋ ਭਗਤੀ ਮੋੜ ਚ ਸੀਗੇ ਉਹ ਦੇਖੋ ਜਿਹੜੇ ਪੋਲਿਟਿਸ਼ੀਅਨ ਹੁੰਦੇ ਆ ਕਿੰਨੇ ਛਾਤਰ ਹੁੰਦੇ ਆ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਪੰਜਾਬ ਦੀ ਕਹਾਵਤ ਹੈ ਬੜੀ ਮੰਨੀ ਹੋਈ ਪ੍ਰਸਿੱਧ ਕਹਾਵਤ ਹੈ ਜੀ ਜਿਸ ਬੰਦੇ ਉੱਪਰ ਇਹ ਇਲਜ਼ਾਮ ਹੈ ਕਿ 200 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਹੈ ਨੇ ਉਹ ਬੰਦਾ ਇਹ ਕਹਿੰਦਾ ਕੇ ਜੇ ਅਰਵਿੰਦ ਕੇਜਰੀਵਾਲ ਈਮਾਨਦਾਰ ਨਹੀਂ ਤਾਂ ਦੁਨੀਆ ਦਾ ਕੋਈ ਵਿਅਕਤੀ ਈਮਾਨਦਾਰ ਨਹੀਂ ਬਿਲਕੁਲ ਜੀ ਪਰ ਮੈਂ ਜੇ ਈਮਾਨਦਾਰ ਹਾਂ ਤਾਂ ਮੈਂ ਤਾਂ ਰੱਬ ਤੋਂ ਵੀ ਨਹੀਂ ਡਰਦਾ ਜੀ ਈਡੀ ਓਡੀ ਜਾਂ ਤਾਂ ਇਹ ਇਹਨੂੰ ਮੈਂ ਕੀ ਸਮਝਦਾ ਹੂੰ 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 ਮੈਨੂੰ 25 ਯਾਰੀ ਬੁਲਾਵੇ ਮੈਂ ਜਾਣ ਨੂੰ ਤਿਆਰ ਹਾਂ ਤੇ ਈਡੀ ਮੈਨ ਤੋਂ ਕਢਾ ਵੀ ਕੁਝ ਨਹੀਂ ਸਕਦੀ ਕਿਉਂਕਿ ਮੈਂ ਕੀਤਾ ਕੁਝ ਨਹੀਂ ਬਿਲਕੁਲ ਹਾਂਜੀ ਉਹ ਭੜੂਆ ਤੈਨੂੰ ਉਹ ਸਾਦਰੇ ਨੇ ਤੇ ਤੂੰ ਕਹੀ ਨਾ ਗੈਰ ਕਾਨੂੰਨੀਆ ਗੈਰ ਕਾਨੂੰਨੀਆ ਜਾ ਖਾਂ ਜਾ ਕੇ ਵਾਜ ਦਰਵਾਜੇ 'ਚ ਉਹਨਾਂ ਦੇ ਤੇ ਉਹਨਾਂ ਨੂੰ ਕਹੇ ਵੀ ਆਹ ਖੜਾ ਮੈਂ ਜਦੋਂ ਤੂੰ ਕਹਿਣਾ ਕਿ ਮੈਂ ਤਾਂ ਨੰਗਾ ਚਿੱਟਾ ਮੇਰੇ ਕੋਲ ਤਾਂ ਛਪਾਉਣ ਨੂੰ ਕੁਝ ਹੈ ਨਹੀਂ ਜੇ ਤੇਰੇ ਕੋਲ ਛਪਾਉਣ ਨੂੰ ਕੁਝ ਹੈ ਨਹੀਂ ਤੇ ਤੂੰ ਹੀ ਇਮਾਨਦਾਰ ਹੈ ਤਾਂ ਫਿਰ ਡਰਪੋਕ ਤੇ ਬੁਝਦਿਲ ਕਿਉਂ ਹੈ ਹੂੰ 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 ਜਾਣ ਉਹ ਤੇ ਬੰਦਾ ਜਿਹੜਾ ਸਭ ਤੋਂ ਵੱਡਾ ਬੇਈਮਾਨ ਹੋਊਗਾ ਹੂੰ 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 ਉਹ ਆਦਮੀ ਇਹ ਕਹੂਗਾ ਮੈਂ ਇਮਾਨਦਾਰ ਮੇਰੀ ਇਮਾਨਦਾਰੀ ਜਿਵੇਂ ਤੁਹਾਨੂੰ ਕਹਾਂ ਮੈਂ ਇਮਾਨਦਾਰ ਹਾਂ ਇਹ ਕੋਈ ਵਜ਼ਨ ਨਹੀਂ ਰੱਖਦਾ ਮੇਰਾ ਬੋਲ ਹੂੰ ਹੂੰ ਮੈਨੂੰ ਇਮਾਨਦਾਰ ਲੋਕ ਕਹਿਣ ਬਿਲਕੁਲ ਜੀ ਹਰਿਆਣਾ ਕਹੇ ਆਵਾਮ ਕਹੇ ਲਾਲ ਬਹਾਦਰ ਸ਼ਾਸਤਰੀ ਨੂੰ ਸਾਰੀ ਦੁਨੀਆ ਕਹਿੰਦੀ ਹੈ ਵੀ ਉਹ ਵਰਗਾ ਇਮਾਨਦਾਰ ਕੋਈ ਬੰਦਾ ਨਹੀਂ ਹੂੰ 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 ਬਰਾਕ ਓਬਾਮਾ ਨੂੰ ਉੱਥੋਂ ਦੇ ਅਮਰੀਕੀ ਮੰਨਦੇ ਨੇ ਕਿ ਬਹੁਤ ਇਮਾਨਦਾਰ ਹੈ ਮਨਮੋਹਨ ਸਿੰਘ ਨੂੰ ਮੰਨਦੇ ਆ ਡਾਕਟਰ ਮਨਮੋਹਨ ਸਿੰਘ ਨੂੰ ਮੰਨਦੇ ਆ ਕਿ ਉਹ ਉਹਨਾਂ ਵਰਗੇ ਇਮਾਨਦਾਰ ਬੰਦਾ ਨਹੀਂ ਹੂੰ 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 ਔਰ ਜਿਹੜਾ ਬੰਦਾ ਖੁਦ ਉਹਨਾਂ ਨੇ ਕਦੇ ਤਾਂ ਨਹੀਂ ਕਿਹਾ ਵੀ ਮੈਂ ਇਮਾਨਦਾਰ ਹੂੰ ਰਿਆਇਆ ਕਹਿੰਦੀ ਹੈ ਨਾ ਤੇ ਇਹ ਆਪਣੇ ਆਪ ਨੂੰ ਇਮਾਨਦਾਰ ਕਹੀ ਜਾਂਦਾ ਤੇ ਜੇ ਤੂੰ ਇਮਾਨਦਾਰ ਹੈ ਜੇ ਤੂੰ 1 ਰੁਪਏ ਦੇ ਵੀ ਕਪੜਾ ਨਹੀਂ ਕੀਤਾ ਤੇ ਤੂੰ ਜਾ ਭਾਈ ਉਹਨਾਂ ਨੂੰ ਕਹੇ ਆ ਖੜਾ ਯਾਰ ਤੂੰ ਮੈਨੂੰ ਤਸੂਲੀ ਤੰਗ ਦਿਓ ਜੇ ਤੁਹਾਡੇ ਕੋਲ ਕੋਈ ਸਬੂਤ ਹੈਗਾ ਤਾਂ ਜੇ ਉਹਨਾਂ ਕੋਲ ਸਬੂਤ ਹੈਗਾ ਫੇਰ ਹੀ ਡਰਦਾ ਨਾ ਬੰਦਾ ਬਿਲਕੁਲ ਜੀ ਸੋ ਇਹ ਗੱਲ ਹੈਗੀ ਹੈ ਕਿ ਇਹ ਸਾਬਕਾਰੀ ਨੀਤੀ ਜਿਹੜੇ ਸੰਜੇ ਸਿੰਘ ਨੂੰ ਜ਼ਮਾਨਤ ਨਹੀਂ ਦਿੱਤੀ ਉਹਨਾਂ ਨੇ ਉਹਦੇ ਤੇ ਜੱਜ ਨੇ ਜਿਹੜੀ ਟਿੱਪਣੀ ਕੀਤੀ ਉਹ ਵਰਕਰਨ ਵਾਲੀ ਉਹਦੇ ਚ ਜੱਜ ਨੇ ਕਿਹਾ ਕਿ ਜੋ ਸਬੂਤ ਸਾਨੂੰ ਪੇਸ਼ ਕੀਤੇ ਨੇ ਉਹਨਾਂ ਤੋਂ ਪੁਖਤਾ ਇਹ ਜਾਣਕਾਰੀ ਮਿਲਦੀ ਹੈ ਕਿ ਤੈਨੂੰ ਅਸੀਂ ਜ਼ਮਾਨਤ ਨਹੀਂ ਦੇ ਸਕਦੇ ਕੋ ਕਿ 2 ਕਰੋੜ ਕਰੋੜ ਰੁਪਈਆ ਤੂੰ ਛੱਗ ਗਿਆ ਹਾਂ ਹਾਂ ਬਿਲਕੁਲ ਜਿਹੜਾ ਆਰਵਿੰਦ ਕੇਜਰੀਵਾਲ ਨੇ ਆ 200 ਕਰੋੜ ਦਾ ਘਪਲਾ ਕੀਤਾ ਉਹਦੇ ਚ 100 ਕਰੋੜ ਗੋਆ ਦੀਆਂ ਇਲੈਕਸ਼ਨਾਂ ਨਾਲ ਜੁੜਤੇ ਆ ਗਿਆ ਹਾਂ ਹਾਂ ਜੀ ਔਰ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ ਦੋਨੇ ਜਾਂਚ ਕਰ ਰਹੀਆਂ ਨੇ ਏਜੰਸੀਆਂ ਹਾਂ ਹਾਂ ਠੀਕ ਜੇ ਉਹਨਾਂ ਕੋਲੇ ਕੋਈ ਸਬੂਤ ਹੈ ਤਾਂ ਜਾਂਚ ਕਰ ਰਹੀਆਂ ਨੇ ਤਾਂ ਐਵੇਂ ਥੋੜੀ ਆ ਵੀ ਐਵੇਂ ਲੱਕੜਾਂ ਚ ਚੈਣੀਆਂ ਠੋਕੀ ਜਾਂਦੇ ਹਾਂ 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 ਜਾਂ ਉਹਨਾਂ ਨੂੰ ਹੋਰ ਕੋ ਕੰਮ ਨਹੀਂਗਾ ਜੀ ਇਹ ਗੱਲ ਜ਼ਰੂਰ ਹੈ ਕਿ ਸਰਕਾਰਾਂ ਜਿਹੜੀਆਂ ਏਜੰਸੀਜ਼ ਹੁੰਦੀਆਂ ਨੇ ਉਹਨਾਂ ਦਾ ਤਕਰੀਬੀ ਦੁਰਪਯੋਗੀ ਕਰਦੀਆਂ ਨੇ ਪਰ ਇਹ ਵੀ ਹੁੰਦਾ ਕਿ ਜਿੱਥੇ ਉਹਨਾਂ ਨੂੰ ਪਤਾ ਹੋਵੇ ਨਾ ਇਹ ਬੰਦਾ ਉਹ ਖੁਦ ਸਰਕਾਰ ਭਾਵੇਂ ਹਕੂਮਤ ਭਾਵੇਂ ਜਿੰਨੀ ਮਰਜ਼ੀ ਖੁਦ ਉਹੋ ਜੀ ਹੋਵੇ ਜੀ ਦਾਗੀ ਹੋਵੇ ਜਾਂ ਕਹਿ ਲਓ ਪਰ ਉਹ ਜਿਹੜੇ ਬਾਕੀ ਹੁੰਦੇ ਨੇ ਉਹਨਾਂ ਦੇ ਸਿੰਗਾਪੋਰ ਦੀ ਦਿੰਦੀ ਆ ਬਿਲਕੁਲ ਜੀ ਹੂੰ ਠੀਕ ਹੈ ਨਾ ਸੋ ਇਹ ਕਾਰਨ ਹੈਗਾ ਕਿ ਭਗਤੀ ਭੁਗਤੀ ਵਾਲਾ ਤਾਂ ਸਾਰਾ ਨਾਟਕ ਹੈ ਹੂੰ 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 ਭਗਤੀ ਜੇਲ੍ਹ ਚ ਨਹੀਂ ਹੋ ਸਕਦੀ ਜਾ ਕੇ ਜੇਲ੍ਹ ਵਰਗੀ ਮਹਿਫੂਜ਼ ਜਗ੍ਹਾ ਤਾਂ ਕੋਈ ਨਹੀਂ ਨਾ ਹਾਂ ਸ਼ਾਂਤ ਵੀ ਨਾਲੇ ਸ਼ਾਂਤ ਵੀ ਹੈ ਉੱਥੇ ਕੋਈ ਡਿਸਟਰਬੈਂਸ ਵੀ ਨਹੀਂ ਫਿਰ ਦੂਸਰੀ ਗੱਲ ਇਹ ਹੈਗੀ ਹੈ ਕਿ ਭਗਤੀ ਕਰਨ ਵਾਲੇ ਤਾਂ ਬਾਜ਼ਾਰ ਚ ਬਹਿ ਕੇ ਵੀ ਕਰ ਲੈਂਦੇ ਜੀ ਹਾਂ ਹਾਂ ਇਹ ਨਾਟਕ ਕਰਨ ਦੀ ਕੀ ਲੋੜ ਹੈ ਨਾਟਕ ਇਸ ਕਰਕੇ ਕੀਤਾ ਜਾ ਰਿਹਾ ਹੈ ਮਜਬੂਰੀ ਇਹ ਹੈ ਕਿ ਦਿੱਲੀ ਰਹਿਣ ਰਹਿੰਦੇ ਤਾਂ ਉਹਨਾਂ ਨੇ ਚੱਕ ਲੈਣੀ ਸੀ ਹਾਂ 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 ਠੀਕ ਹੈ ਕਿਉਂਕਿ ਇਹ ਉਹਨਾਂ ਨੇ ਜਿਹੜਾ ਨੋਟਿਸ ਦਿੱਤਾ ਸੀ ਉਹਦੇ ਮੁਤਾਬਕ ਇਹਨਾਂ ਨੂੰ ਪੇਸ਼ ਹੋਣਾ ਪੈਣਾ ਸੀ ਇਹ ਹੁਣ ਵਪਾਸਮਾ ਦਾ ਕਰਕੇ ਢੋਂਗ ਜਾ ਤੇ ਹੁਸ਼ਿਆਰਪੁਰ ਆ ਗਏ ਹਾਂ 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 ਤੇ ਪਹਿਲੀ ਗੱਲ ਹੈ ਵੀ ਉਹਨਾਂ ਦੇ ਘਰੇ ਭਗਤੀ ਨਹੀਂ ਹੋ ਸਕਦੀ ਬਿਲਕੁਲ ਜੀ ਹੂੰ ਹੂੰ ਫਿਰ ਭਗਵੰਤ ਮਾਨ ਨੂੰ ਇਹ ਕੰਡੈਮ ਕਰਨਾ ਚਾਹੀਦਾ ਸੀ ਉਹਨੂੰ ਕਹਿਣਾ ਚਾਹੀਦਾ ਸੀ ਭਾਈ ਸਿੱਖ ਧਰਮ ਦੇ ਵਿੱਚ ਗ੍ਰਸਥ ਮਾਰਗ ਦੇ ਵਿੱਚ ਹੀ ਭਗਤੀ ਦਾ ਮਾਰਗ ਹੈ ਹੂੰ 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 ਤੇ ਤੂੰ ਯਾਰ ਇਹ ਡਰਾਮਾ じゃ ਪੰਜਾਬ ਚ ਨਾ ਕਰ ਬਿਲਕੁਲ ਜੀ ਉਹ ਦਿੱਲੀ ਕਰ ਲਾ ਜਾਂ ਕਿਤੇ ਹੋਰ ਕਿਸੇ ਕੰਦਰਾ ਚ ਚਲਾ ਜਾ ਹੂੰ 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 ਸੋ ਇਹ ਜਿਹੜੇ ਸਾਰੇ ਕੁਝ ਹੋ ਰਿਹਾ ਹੈ ਹੂੰ ਹੁਣ ਕਹਿ ਤ ਭਗਵੰਤ ਮਾਨ ਵੀ ਆਪਣੇ ਆਪ ਨੂੰ ਕਹਿ ਰਿਹਾ ਮੈਂ ਬਹੁਤ ਈਮਾਨਦਾਰ ਪਰ ਜਿਹੜੀ ਆ ਮਾਈਨਿੰਗ ਹੋ ਰਹੀ ਹੈ ਗੈਰ ਕਾਨੂੰਨੀ ਇਹਦਾ ਪੈਸਾ ਕਿੱਥੇ ਜਾਂਦਾ ਬਿਲਕੁਲ ਜੀ ਇਹ ਤਾਂ ਕਹਿੰਦੇ ਸੀ ਨਾ 40000 ਕਰੋੜ ਰੁਪਈਆ ਅਸੀਂ ਗੈਰ ਕਾਨੂੰਨੀ ਮਾਈਨਿੰਗ ਚੋਂ ਕਮਾਵਾਂਗੇ ਕਮਾ ਵੀ ਰਹੇ ਆ ਪਰ ਜਾਂਦਾ ਕਿੱਥੇ ਆ ਇਹਦਾ ਮਤਲਬ ਇਹ ਹੈ ਕਿ ਉੱਤੇ ਜਾ ਰਿਹਾ ਬਿਲਕੁਲ ਜੀ ਤੇ ਜਦੋਂ 5 ਸਾਲ ਬਾਅਦ ਸਰਕਾਰ ਬਦਲੂਗੀ ਉਦੋਂ ਜਿਹੜੇ ਵਿਰੋਧੀ ਹੋਣਗੇ ਜਿਹੜੇ ਸਰਕਾਰ ਬਣਾਉਣਗੇ ਠੀਕ ਹੈ ਸਾਦਾ ਤਾਂ ਇਹਨਾਂ ਨੇ ਰਾਜ ਨਹੀਂ ਕਰਨਾ ਬਿਲਕੁਲ ਜੀ ਉਹਨਾਂ ਨੇ ਫਿਰ ਸਾਰੇ ਕੱਚੇ ਚਿੱਠੇ ਫੇਰਨੇ ਆ ਵੀ ਭਗਵੰਤ ਮਾਨ ਜੀ ਦੀ ਜਾਇਦਾਦ ਚ ਕਿੰਨਾ ਜ਼ਾਫਾ ਹੋਇਆ ਕਿੰਨੇ ਥੋੜੇ ਸਮੇਂ ਵਿੱਚ ਇਹਨਾਂ ਨੇ ਕਿੰਨੇ ਕਿਲੋ ਸੋਨਾ ਇਕੱਠਾ ਕੀਤਾ ਹਮਮ ਔਰ ਕਿੱਥੋਂ-ਕਿੱਥੋਂ ਇਹਨਾਂ ਨੇ ਪੈਸਾ ਕਾਦਾ ਚਲੋ ਪਤਾ ਤਾਂ ਹੁਣ ਵੀ ਆ ਸਾਰਿਆਂ ਨੂੰ ਕਿ ਬਦਲ ਸਾਹਮਣੇ ਕਿੰਨਾ ਇਕੱਠਾ ਕੀਤਾ ਸੀ ਤੇ ਪੈਸਾ ਕਿੱਥੇ ਪਿਆ ਕੈਪਟਨ ਸਾਹਿਬ ਨੇ ਕਿੰਨਾ ਕੀਤਾ ਸੀ ਤੇ ਉਹ ਕਿੱਥੇ ਗਿਆ ਪੈਸਾ ਭੱਟਲ ਨੇ ਕਿੰਦਾ ਕੀਤਾ ਤੇ ਉਹ ਕਦਾ ਪੈਸਾ ਕਿੱਥੇ ਗਿਆ ਇਹ ਸਭ ਪਤਾ ਸਾਰਿਆਂ ਨੂੰ ਹੈ ਪਰ ਸਜ਼ਾ ਕਿਸੇ ਨੂੰ ਨਹੀਂ ਹੋਣੀ ਜਿੱਦਾਂ ਪਹਿਲਿਆਂ ਨੂੰ ਨਹੀਂ ਹੋਈ ਹੋਣੀ ਇਹਨਾਂ ਨੂੰ ਵੀ ਨਹੀਂ ਉਹੀ ਹੈ ਉਹਦਾ ਕਾਰਨ ਹੁੰਦਾ ਨਾ ਵੀ ਇਸ ਸਮਾਂਮ ਚ ਸਾਰੇ ਨੰਗੇ ਹੈ ਹੈ ਭੂਖ ਪੰਕਾਰ ਹੀ ਹੁੰਦੇ ਸਦਾ ਸੋਚਾ ਨਹੀਂ ਹੁੰਦੀ ਹੁੰਦੀ ਔਰ ਦੂਸਰੀ ਗੱਲ ਹੈ ਇੱਥੇ ਹੋਰ ਸਜ਼ਾ ਦਾ ਵਿਧਾਨ ਹੈ ਕਿ ਬਾਦਲ ਹੋਰਾਂ ਨੂੰ ਤੇ ਸੁਖਵੀਰ ਬਾਦ ਨੂੰ ਚੱਕ ਕੇ ਅਮਰਿੰਦਰ ਸਿੰਘ ਨੇ ਜੇਲ੍ਹ ਚ ਬੰਦ ਕਰਤਾ ਸੀ ਤੇ ਜਦੋਂ ਉਹਨਾਂ ਨੂੰ ਜਵਾਨਤ ਮਿਲੀ ਉਹ ਆਏ ਜਿਵੇਂ ਕਾਰਗਿਲ ਦੀ ਜੰਗ ਜਿੱਤ ਕੇ ਆਏ ਹੋ ਤੇ ਉਹ ਤੋਂ ਬਾਅਦ ਮੁਕਤਰੀ ਮੰਗੇ ਇਹ ਤੇ ਲੋਕਾਂ ਦੀ ਜ਼ੇਹਨੀਅਤ ਬੜੀ ਪੁੱਠੀ ਹੈ ਪੁੱਠੀ ਹੈ